ਹਾਂਜੀ ਸਰ, ਕੀ ਮਾਮਲਾ ਸੀ? SSP ਬਠਿੰਡਾ ਸਾਹਿਬ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਵਿੱਢੀ ਗਈ ਹੈ। ਉਸੇ ਲੜੀ ਦੇ ਤਹਿਤ ਸਾਡੇ SHO ਕਨਾਲ ਕਲੋਨੀ ਵੱਲੋਂ ਗਸ਼ਤ ਦੇ ਸਬੰਧ ਵਿੱਚ ਵੀ ਰੋਡ 'ਤੇ ਜਾ ਰਹੇ ਸੀ। ਰਸਤੇ ਦੇ ਵਿੱਚ ਇੱਕ ਸ਼ੱਕੀ ਔਰਤ ਮਿਲੀ, ਉਸਨੂੰ ਰੋਕ ਕੇ ਉਸਦਾ ਨਾਮ ਪੁੱਛਿਆ ਗਿਆ, ਜਿਸ ਨੇ ਆਪਣਾ ਨਾਮ ਰਣਜੀਤ ਕੌਰ, ਪਤਨੀ ਪਰਮਜੀਤ ਸਿੰਘ ਵਾਸੀ ਲਾਲ ਸਿੰਘ ਬਸਤੀ ਬਠਿੰਡਾ ਦੱਸਿਆ। ਜਿਸ ਦੀ ਤਲਾਸ਼ੀ ਲੈਣ ਦੇ ਲਈ ਕੰਟਰੋਲ 'ਤੇ ਮੈਨੂੰ ਫੋਨ ਆਇਆ। ਜਦ ਮੈਂ ਜਾ ਕੇ ਮੌਕੇ 'ਤੇ ਪਹੁੰਚ ਗਿਆ, ਉਹਦੀ ਬੈਗ ਦੀ, ਜਿਹੜਾ ਉਹਦੇ ਕੋਲ ਬੈਗ ਪੜਿਆ ਹੋਇਆ ਸੀ, ਉਹਦੀ ਤਲਾਸ਼ੀ ਲਈ, ਤਾਂ ਉਸਦੇ ਵਿੱਚੋਂ 1700 ਨਸ਼ੀਲੀ ਗੋਲੀ ਜਿਹੜੀ ਸੀ ਬਰਾਮਦ ਹੋਈ ਅਤੇ 1,05,000 ਰੁਪਈਆ ਡਰੱਗ ਬਣੀ ਬਰਾਮਦ ਹੋਈ। ਜਿਹਨਾਂ ਨੂੰ ਉਸ ਕਬਜ਼ੇ 'ਚ ਲੈ ਕੇ ਉਹਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈਗਾ, ਉਹਦੀ ਗ੍ਰਿਫਤਾਰੀ ਪਾ ਲਈ। ਬਠਿੰਡਾ ਦੀ ਰਹਿਣ ਵਾਲੀ ਆ, ਲਾਲ ਸਿੰਘ ਬਸਤੀ ਦੀ ਹੀ ਰਹਿਣ ਵਾਲੀ। ਹਾਂਜੀ, ਇਹਦੇ ਖਿਲਾਫ਼ ਪਹਿਲਾਂ ਵੀ ਇੱਕ 15 ਗ੍ਰਾਮ ਜਿਹੜਾ ਹੈਗਾ ਹੈਰੋਇਨ ਦਾ ਮੁਕੱਦਮਾ ਦਰਜ ਹੋਇਆਗਾ। ਇਹ ਨਸ਼ੇ ਵੇਚਣ ਦਾ ਧੰਦਾ ਕਾਫ਼ੀ ਸਮੇਂ ਤੋਂ ਕਰਦੀ ਆਈ ਹੈ। ਇਹਦੇ ਖਿਲਾਫ਼ ਜਿਹੜੇ 2 ਮੁਕੱਦਮੇ ਓਵਰਡੋਜ਼ ਦੇ ਜਿਹੜੇ ਇੱਥੇ ਡੈਥ ਹੋਈਆਂ ਸੀ, ਉਹਨਾਂ ਮੁਕੱਦਮਿਆਂ ਦੇ ਵਿੱਚ ਨੋਮੀਨੇਟ ਕੀਤੀ ਗਈ ਸੀ। ਉਹਦੇ ਵਿੱਚੋਂ 1 ਮੁਕੱਦਮੇ ਦੇ ਵਿੱਚ ਇਹਦੀ ਜਿਹੜੀ ਹੈ ਗ੍ਰਿਫਤਾਰੀ ਹੋ ਚੁੱਕੀ ਸੀ। 1 ਸਾਡੇ ਕਨਾਲ ਦੇ ਥਾਣੇ ਦਾ ਮੁਕੱਦਮਾ ਹੀ ਹੈਗਾ ਜਿਹੜਾ ਪਿਛਲੇ ਮਹੀਨੇ ਹੀ ਦਰਜ ਹੋਇਆਗਾ, ਉਹਦੇ 'ਚ ਇਹਦੀ ਗ੍ਰਿਫਤਾਰੀ ਬਾਕੀ ਸੀ। ਉਹਦੇ ਵਿੱਚ ਵੀ ਅਸੀਂ ਗ੍ਰਿਫਤਾਰ ਕਰ ਰਹੇ ਹਾਂ। ਇਹ ਕੋਈ ਵਿੱਕੀ ਨਾਂ ਦਾ ਲੜਕਾ ਹੈਗਾ ਜਿਹੜਾ ਨੂੰ ਸਪਲਾਈ ਕਰਕੇ ਜਾਂਦਾ ਹੈ, ਗੋਲੀਆਂ ਵੀ ਸਪਲਾਈ ਕਰਦਾ ਹੈਗਾ, ਹੈਰੋਇਨ ਵੀ ਇਹਨੂੰ ਸਪਲਾਈ ਉਹੀ ਕਰਕੇ ਦੇ ਕੇ ਜਾਂਦਾ। ਉਹਦੇ ਬਾਰੇ ਅਸੀਂ ਅੱਗੇ ਵੈਰੀਫਾਈ ਕਰਦੇ ਹਾਂ। ਹਾਂਜੀ, ਇਹ ਹੈਗੀਆਂ ਜੀ ਅਲਟਰਾ ਸੇਫ 0.5 mg ਹੈ, ਇੱਕ ਹੈਗੀ ਹੈਗੀ ਅਲਪਰੋਜ਼ੋ 0.5 mg। ਨਹੀਂ, ਥੋੜ੍ਹੇ ਥੋੜ੍ਹੇ ਰਿਟੇਲ ਦੇ ਵਿੱਚ ਵੇਚਦੀ ਹੈ, ਪੁਰਾਣੇ ਕਰ ਰਹੀ ਹੈ। ਫੈਮਿਲੀ ਬੈਕਗ੍ਰਾਉਂਡ ਵੀ ਹੈਗੀ ਹੈ ਜਿਹੜੀ, ਇਹਦੇ ਪਿੱਛੇ ਜੇ ਬੇਟੇ ਦੇ ਮੁਕੱਦਮਾ ਦਰਜ ਹੋਇਆ ਸੀਗਾ, ਫੈਮਿਲੀ ਬੈਕਗ੍ਰਾਉਂਡ ਵੀ ਜੀ ਨਸ਼ਾ ਵਿੱਚ ਆਉਂਦੇ ਆਦਿ ਹੈ ਸਾਰੇ। ਜਿਹੜੇ ਬੰਦੇ ਨੇ ਤੋਂ ਲੈ ਕੇ ਆਉਂਦੀ ਹੈ, ਕੋਈ ਵਿਚ ਤੋਂ ਬਾਅਦ ਉਸਦੇ ਉਸਨੂੰ ਫੜਿਆ ਜਾਂ ਜਿਹੜੀ ਹਜੇ ਉਹਦੀ ਪਹਿਲੀ ਪੁੱਛਗਿੱਛ ਕੀਤੀ ਹੈ, ਉਹਦੇ ਵਿੱਚ ਸਿਰਫ ਇਹ ਵਿੱਕੀ ਨਾਂ ਦਾ ਬੰਦਾ ਹੀ ਦੱਸ ਰਹੀ ਹੈ, ਜਿਹਨੂੰ ਇਹ ਅੰਮ੍ਰਿਤਸਰ ਦੇ ਰਹਿਣ ਵਾਲਾ ਦੱਸ ਰਹੀ ਹੈ। ਅੱਗੇ ਉਹਦੀ ਡਿਗਾਈ ਦਾ ਪੜਤਾਲ ਕਰਾਂਗੇ, ਉਹਦੀ ਐਡਰੈਸ ਵਗੈਰਾ ਕਨਫਰਮ ਕਰਾਂਗੇ, ਅੱਗੇ ਜੋ ਆਏ ਦਾ ਸਮਾਂ ਵਿੱਚ ਉਹਦੇ ਮੁਤਾਬਕ ਕਰ ਦੇਣਾ। ਉਹ ਵੈਰੀਫਾਈ ਅਸੀਂ ਕਰ ਰਹੇ ਹਾਂ, ਪੜਤਾਲ ਦੌਰਾਨ ਜੋ ਵੀ ਸਾਹਮਣੇ ਆਇਆ ਉਹਨੂੰ ਵੀ ਖਿਲਾਫ਼ ਕਾਰਵਾਈ ਕਰਾਂਗੇ। ਸਬਸਕ੍ਰਾਈਬ ਕੀਜੀਏ ਹਮਾਰੇ ਚੈਨਲ ਕੋ ਔਰ ਬੈਲ ਆਈਕਨ ਕੋ ਦਬਾਈਏ ਹਮਾਰੀ ਲੇਟੈਸਟ ਵੀਡੀਓ ਸਭ ਸੇ ਪਹਿਲੇ ਦੇਖਣੇ ਕੇ ਲੀਏ।